ਹਿਮਾਚਲ ਦੇ ਵਿੱਚ ਮਲਾਨਾ ਡੈਮ ਟੁੱਟ ਜਾਣ ਦੇ ਕਾਰਨ ਬਿਆਸ ਤੇ ਸਤਲੁਜ ਦਰਿਆਵਾਂ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ। ਅਸੀਂ ਇਸ ਵਕਤ ਮੌਜੂਦ ਹਾਂ ਬਿਆਸ ਦਰਿਆ ਦੇ ਉੱਪਰ ਮੁੰਡਾ ਪਿੰਡ। ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਬਿਆਸ ਦਰਿਆ ਪੂਰੇ ਜ਼ੋਰਾਂ ਤੇ ਵਗ ਰਿਹਾ। ਇੱਥੋਂ ਇਹ ਜਿਹੜਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਹੈ ਪੁਰਾਣਾ ਬੰਨ। ਇਹ ਪੁਰਾਣੇ ਬੰਨ ਦੇ ਲੈਵਲ ਦੇ ਉੱਪਰ ਦੀ ਹੁਣ ਜਿਹੜਾ ਪਾਣੀ ਵਗ ਰਿਹਾ ਤੇ ਤੁਸੀਂ ਇੱਧਰ ਦੇਖ ਸਕਦੇ ਹੋ ਕਿ ਜਿਹੜਾ ਆਹ ਬੰਨ ਲਾਇਆ ਗਿਆ ਇਹ ਬੰਨ ਖਾਲਸਾ ਐਡ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਬੰਨਿਆ ਗਿਆ ਸੀ। ਇੱਥੋਂ ਜਿਹੜਾ ਉਧਰੋਂ ਸਾਹਮਣੇ ਪਾਣੀ ਆ ਕੇ ਇੱਥੇ ਸਿੱਧੀ ਮਾਰ ਕਰਦਾ ਤੇ ਪਿਛਲੀ ਵਾਰ ਇੱਥੋਂ ਹੀ ਬੰਨ ਟੁੱਟਿਆ ਸੀ। ਮੇਨ ਦੋ ਪਿੰਡ ਜਿਹੜੇ ਖਾਸ ਪ੍ਰਭਾਵਿਤ ਹੋਏ ਸੀ ਤੇ 8 ਤੋਂ 10 ਪਿੰਡਾਂ ਦੀ ਜਿਹੜੀ ਜ਼ਮੀਨ ਆ ਉਹ ਬਿਲਕੁਲ ਇੱਥੇ ਬਰਬਾਦ ਹੋ ਚੁੱਕੀ। ਸੋ ਖਾਲਸਾ ਐਡ ਦੇ ਸੰਗਤ ਦੇ ਸਹਿਯੋਗ ਦੇ ਨਾਲ ਜ਼ਮੀਨਾਂ ਵੀ ਬਣਾ ਕੇ ਦਿੱਤੀਆਂ ਤੇ 12 ਤੋਂ 13 ਕਿਲੋਮੀਟਰ ਜਿਹੜਾ ਬੰਨ ਆ ਉਹ ਵੀ ਬੰਨਿਆ। ਉਸ ਬੰਨ ਦੀ ਬਦੌਲਤੀ ਸੰਗਤ ਦੇ ਸਹਿਯੋਗ ਦੇ ਬਦੌਲਤੀ ਜਿਹੜੇ ਪਿੰਡ ਬਿਲਕੁਲ ਸੁਰੱਖਿਅਤ ਨੇ। ਸੋ ਸੰਗਤ ਨੂੰ ਬੇਨਤੀ ਕਰਦੇ ਹਾਂ ਦਿੱਤੇ ਗਏ QR ਕੋਡ ਨੂੰ ਸਕੈਨ ਕਰਕੇ ਤੁਸੀਂ ਆਪਣਾ ਦਸਵੰਧ ਦੇ ਸਕਦੇ ਹੋ ਤਾਂ ਕਿ ਜਿਹੜਾ ਦਸਵੰਧ ਆ ਇਹਨਾਂ ਲੋੜਵੰਦ ਲੋਕਾਂ ਤੱਕ ਪਹੁੰਚ ਸਕੇ ਤੇ ਲੋਕ ਜਿਹੜੇ ਹੈਗੇ ਆ ਬਿਲਕੁਲ ਸੁਰੱਖਿਅਤ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।